ਦੇਸ਼ ਦੁਨੀਆ ਦੀ ਹਰ ਖਬਰ ਤੇ ਪੈਣੀ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਅਤੇ ਵੀਕਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ NRI TV ਤੇ ਮੈਂ ਕਮਲਪ੍ਰੀਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ। ਨਾਗਰਿਕਤਾ ਕਾਨੂੰਨ ਖਿਲਾਫ ਕਾਂਗਰਸ ਪਾਰਟੀ ਨੇ ਕੱਲ ਰਾਜਘਾਟ ਤੇ ਸੱਤਿਆਗ੍ਰਹਿ ਕੀਤਾ। ਸੱਤਿਆਗ੍ਰਹਿ ਵਿੱਚ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਤੇ ਵਰਕਿੰਗ ਕਮੇਟੀ ਦੇ ਮੈਂਬਰ ਸਮੇਤ ਪਾਰਟੀ ਦੇ ਸੀਨੀਅਰ ਲੀਡਰ ਸ਼ਾਮਲ ਹੋਏ। ਇਸ ਮੌਕੇ ਸੋਨੀਆ ਗਾਂਧੀ, ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਕਾਂਗਰਸ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਗੈਰ ਸੰਵਿਧਾਨਿਕ ਕਰਾਰ ਪਹਿਲਾਂ ਹੀ ਦੇ ਚੁੱਕੀ ਹੈ, ਇਸ ਨੂੰ ਲੈ ਕੇ ਉਹ ਖੁੱਲ੍ਹ ਕੇ ਇਸ ਦਾ ਵਿਰੋਧ ਕਰ ਰਹੀ ਹੈ। ਪ੍ਰਿਯੰਕਾ ਗਾਂਧੀ ਨੇ ਇੱਕ ਬਿਆਨ ਜਾਰੀ ਕਰਦਿਆਂ ਨਵੇਂ ਨਾਗਰਿਕਤਾ ਕਾਨੂੰਨ ਤੇ NRC ਨੂੰ ਸੰਵਿਧਾਨ ਦੀ ਬੁਨਿਆਦੀ ਭਾਵਨਾ ਵਿਰੁੱਧ ਕਰਾਰ ਦਿੱਤਾ। ਦਾਅਵਾ ਕੀਤਾ ਹੈ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਵੱਲੋਂ ਤਾਨਾਸ਼ਾਹੀ ਦਾ ਤਾਂਡਵ ਹੋ ਰਿਹਾ। ਉਹਨਾਂ ਭਾਜਪਾ ਤੇ ਦੋਸ਼ ਲਾਏ ਹਨ ਕਿ ਇਹਨਾਂ ਕਾਨੂੰਨ ਦੇ ਨਾਮ ਤੇ ਗਰੀਬ ਲੋਕਾਂ ਨੂੰ ਤਸੀਹੇ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰਾਂ ਨਾਲ ਖੈਬੜ ਪਏ ਅਤੇ ਤੂ ਤੜਾਕ ਤੇ ਉੱਤਰ ਆਏ। ਜਾਣਕਾਰੀ ਮੁਤਾਬਿਕ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਜਦੋਂ ਭਗਵੰਤ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਕਿਸੇ ਪੱਤਰਕਾਰ ਨੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੈ ਕੇ ਭਗਵੰਤ ਮਾਨ ਨੂੰ ਸਵਾਲ ਕੀਤਾ ਤਾਂ ਭਗਵੰਤ ਮਾਨ ਨੂੰ ਗੁੱਸਾ ਆ ਗਿਆ ਅਤੇ ਉਹ ਪੱਤਰਕਾਰ ਨਾਲ ਬਹਿਸਣ ਲੱਗ ਪਏ। ਗੱਲ ਇੱਥੋਂ ਤੱਕ ਵੱਧ ਗਈ ਕਿ ਭਗਵੰਤ ਮਾਨ ਆਪਣੀ ਸੀਟ ਤੋਂ ਉੱਠ ਕੇ ਖੜੇ ਹੋ ਗਏ ਅਤੇ ਗੁੱਸੇ ਪੱਤਰਕਾਰ ਨੂੰ ਬੋਲਣ ਲੱਗ ਪਏ ਅਤੇ ਗੱਲ ਕਾਫੀ ਵੱਧ ਗਈ। ਅਪਸ ਐਂਡ ਡਾਊਨਸ, ਸਾਡੀ ਨਵੀਂ ਪਾਰਟੀ ਹੈ, ਅਪਸ ਐਂਡ ਡਾਊਨ ਚੱਲਦੇ ਰਹਿੰਦੇ ਨੇ, ਹਜੇ ਤਾਂ 7 ਸਾਲ ਪੁਰਾਣੀ ਪਾਰਟੀ ਵੀ ਨਹੀਂ ਹੈਗੀ। ਸੋ ਅਸੀਂ ਜੋ ਪੁਰਾਣੀਆਂ ਗਲਤੀਆਂ ਹੋਈਆਂ, ਜਿਹਨੇ ਕੋਈ ਗਲਤੀ ਨਹੀਂ ਕੀਤੀ ਉਹਨੇ ਫਿਰ ਇਹਦਾ ਮਤਲਬ ਕੋਈ ਕੰਮ ਵੀ ਨਹੀਂ ਕੀਤਾ। ਕੌਣ ਕਹਿੰਦਾ ਅਕਾਲੀ ਦਲ ਹੈਗਾ? ਤੁਸੀਂ ਹੋਰ ਤੁਸੀਂ ਸਵਾਲ ਕਰੋ, ਛੱਡੋ ਯਾਰ। ਹੈਲੋ, ਕੌਣ ਕਹਿੰਦਾ ਅਕਾਲੀ ਦਲ? ਕੌਣ ਕਹਿੰਦਾ ਤੈਨੂੰ? ਕੌਣ ਕਹਿੰਦਾ? ਕਿਹੜੇ ਧਰਨੇ ਲਾਉਂਦੇ? ਕਾਹਦੇ ਵਿਰੁੱਧ ਧਰਨੇ? ਜ਼ਮੀਨੀ ਕੀ ਜ਼ਮੀਨੀ ਹੈਗੀ? ਸੁਖਬੀਰ ਬਾਦਲ ਨੂੰ ਤੁਸੀਂ ਸੀਰੀਅਸ ਲਈ ਜਾਂਦੇ ਹੋ ਯਾਰ? ਮੰਦ ਬੁੱਧੀ ਬੱਚਾ ਹੈ ਉਹ। ਨਹੀਂ ਨਹੀਂ, ਤੂੰ ਹੋਰ ਸਵਾਲ ਕਰੋ ਯਾਰ, ਕੋਈ ਤੂੰ ਠੀਕ ਕਰ ਲੈ ਸਾਰੇ ਸਵਾਲਾਂ ਦਾ। ਹਾਂ ਫਿਰ ਕੀ ਗੱਲ ਬਣੀ? ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨੀ ਆਪ ਦੇ ਪੰਜਾਬ ਕਨਵੀਨਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਡਾਕਟਰ ਚੀਮਾ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਇਹ ਵਿਵਹਾਰ ਨਿੰਦਣਯੋਗ ਸੀ। ਡਾਕਟਰ ਚੀਮਾ ਨੇ ਕਿਹਾ ਹੈ ਕਿ ਭਗਵੰਤ ਮਾਨ ਸੰਸਦ 'ਚ ਵੀ ਪੰਜਾਬ ਦਾ ਨਾਮ ਖਰਾਬ ਕਰ ਚੁੱਕੇ ਨੇ। ਉਹਨਾਂ ਕਿਹਾ ਕਿ ਹੁਣ ਮਾਨ ਅਜਿਹੀਆਂ ਸਥਿਤੀਆਂ ਪੈਦਾ ਕਰ ਰਹੇ ਹਨ ਕਿ ਹੁਣ ਪੰਜਾਬ 'ਚ ਵੀ ਗੱਲਬਾਤ ਕਰਨ ਤੋਂ ਪਹਿਲਾਂ ਲੋਕ ਉਸ ਵੱਲੋਂ ਕੀਤੇ ਨਸ਼ੇ ਦੀ ਮਾਤਰਾ ਨੂੰ ਚੈੱਕ ਕਰ ਸਕਣ। ਇੰਡੀਅਨ ਅਬਰਾਡ ਫਾਰ ਪਲੂਰਲਿਸਟ ਇੰਡੀਅਨ ਦੇ ਸੱਦੇ ਤੇ ਸਰੀ ਚ ਦਰਜਨ ਸ਼ਹਿਰੀ ਨੇ ਬੀਤੇ ਐਤਵਾਰ ਇੱਥੇ ਹਾਲੈਂਡ ਪਾਰਕ ਵਿੱਚ ਇਕੱਠੇ ਹੋ ਕੇ ਭਾਰਤ ਦੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਬੋਲਦਿਆਂ ਇਤਰਤ ਸਈਦ ਨੇ ਕਿਹਾ ਕਿ ਇਹ ਆਲਮੀ ਲੋਕਤੰਤਰ ਲਈ ਖਤਰਾ ਹੈ, ਸਾਨੂੰ ਸਿਧਾਂਤਕ ਤੌਰ ਤੇ ਇਸ ਦੇ ਵਿਰੁੱਧ ਖੜੇ ਹੋਣ ਦੀ ਜ਼ਰੂਰਤ ਹੈ ਕਿਉਂਕਿ ਇਹ ਬੁਨਿਆਦੀ ਲੋਕਤੰਤਰੀ ਅਧਿਕਾਰਾਂ, ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਨਾਗਰਿਕਤਾ ਦੀ ਬਰਾਬਰੀ ਦੇ ਸਿਧਾਂਤਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਨਵਾਂ ਨਾਗਰਿਕਤਾ ਕਾਨੂੰਨ ਪਾਸ ਹੋਣ ਤੋਂ ਬਾਅਦ ਭਾਰਤ ਵਿੱਚ ਵਿਆਪਕ ਅਸ਼ਾਂਤੀ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਵੱਡੀ ਚੋਣ ਜਿੱਤ ਦੇ ਨਾਲ ਬ੍ਰੈਗਜ਼ਿਟ ਨੂੰ ਲੈ ਕੇ ਬ੍ਰਿਟੇਨ ਵਿੱਚ ਜਾਰੀ ਉਲਝਣ ਖਤਮ ਹੋ ਗਈ ਹੈ। ਇਹ ਪਰਿਵਰਤਨ ਭਵਿੱਖ ਵਿੱਚ ਬ੍ਰਿਟੇਨ ਭਾਰਤ ਦੇ ਵਿਚਾਲੇ ਰਣਨੀਤਿਕ ਸੰਬੰਧਾਂ ਦੇ ਲਈ ਚੰਗਾ ਸੰਕੇਤ ਹੈ। ਜੌਨਸਨ ਦੇ 31 ਜਨਵਰੀ ਤੱਕ ਬ੍ਰੈਗਜ਼ਿਟ ਕਰਨ ਦੇ ਮੁੱਖ ਵਾਅਦੇ ਨੂੰ ਲਾਗੂ ਕਰਨ ਦੇ ਸਮਰਥਨ ਵਿੱਚ ਵੋਟਰਾਂ ਨੇ ਇਤਿਹਾਸਕ ਫਤਵਾ ਦਿੱਤਾ। ਬ੍ਰਿਟੇਨ ਵਿੱਚ 12 ਦਸੰਬਰ ਨੂੰ ਹੋਈਆਂ ਆਮ ਚੋਣਾਂ ਦੇ ਕੇਂਦਰ ਵਿੱਚ ਬ੍ਰੈਗਜ਼ਿਟ ਹੀ ਸੀ। ਜੂਨ 2016 ਵਿੱਚ ਰਾਏਸ਼ੁਮਾਰੀ ਹੋਈ ਸੀ ਜੋ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਮਤਲਬ ਬ੍ਰੈਗਜ਼ਿਟ ਦੇ ਪੱਖ ਵਿੱਚ ਰਹੀ। ਉਦੋਂ ਤੋਂ ਹੀ ਸਿਆਸਤ ਤੇ ਇਹ ਵਿਸ਼ਾ ਹਾਵੀ ਹੋ ਗਿਆ ਸੀ। ਜੌਨਸਨ ਨੇ ਥਰੇਸਾ ਮੇ ਤੋਂ 10 ਡਾਊਨਿੰਗ ਸਟਰੀਟ ਦੀ ਕਮਾਨ ਜੁਲਾਈ ਵਿੱਚ ਲਈ ਸੀ।
देश दुनिया की हर खबर ते पैनी नजर रखण दे लई हुण साडा डेली अते वीकली इंटरनेशनल एडिशन पढ़न दे लई लॉग इन करो साडी वैबसाइट ते www.apnapunjabmedia.com ते इस दे नाल ही तुसी इत्थे साडा ई पेपर भी पढ़ सकदे हो ते जल्दी विजिट करो साडी वैबसाइट ते।